ਪਿਛਲੇ ਸਾਲ ਉਹਨਾਂ ਨੇ ਸਿੱਖ ਵਾਤਾਵਰਨ ਦਿਵਸ ਦੇ ਅੰਡਰ ਇਹ ਪਲਾਂਟੇਸ਼ਨ ਡਰਾਈਵਸ ਜਿਹੜੀਆਂ ਉਹਨਾਂ ਦਾ ਜ਼ਿੰਮੇਵਾਰੀ ਚੁੱਕੀ ਅਤੇ ਉਹਨੂੰ ਨਿਭਾਇਆ। ਅਤੇ ਖਾਸ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹਵਾਂਗੇ ਕਿ ਜਿਹੜਾ ਫੋਰੈਸਟ ਕਵਰ ਹੈ ਪੰਜਾਬ ਦਾ, ਜੋ ਕਿ ਸਿਰਫ ਜੇ ਅਸੀਂ ਡੇਟੇ ਵੱਲ ਝਾਤੀ ਮਾਰੀਏ ਤਾਂ 3.8% ਹੈ, ਉਹਨੂੰ ਕੋਈ ਵੈਲ ਪਲੈਨਡ ਸਟਰੈਟਜੀ ਉਹਦੇ ਲਈ ਬਣਾਈ ਜਾਏ ਤਾਂ ਕਿ ਉਹਨੂੰ ਵਧਾਇਆ ਜਾ ਸਕੇ। ਇਹਦੇ ਨਾਲ ਨਾਲ ਹੀ ਜਿਹੜਾ ਪਾਣੀ ਹੈ ਜੋ ਕਿ ਘੱਟਦਾ ਜਾ ਰਿਹਾ ਜਿਹਦਾ ਲੈਵਲ, ਉਹਦੇ ਨੂੰ ਕੰਜ਼ਰਵ ਕਰਨ ਵਾਸਤੇ ਕੋਈ ਨਾ ਕੋਈ ਪੋਲਿਸੀ ਜਿਹੜੀ ਹੈ ਉਹ ਵੀ ਬਣਾਈ ਜਾਏ। ਅਤੇ ਇੱਕ ਹੋਰ ਗੱਲ ਜਿਹਦੇ ਵੱਲ ਅਸੀਂ ਧਿਆਨ ਦਿਵਾਉਣਾ ਚਾਹਾਂਗੇ ਉਹ ਹੈਗਾ ਇੰਡਸਟਰੀਅਲ ਵੇਸਟ ਅਤੇ ਪਾਣੀ ਜਿਹੜਾ ਅਸੀਂ ਬੋਰ ਕਰਕੇ ਧਰਤੀ ਮਾਂ ਨੂੰ ਪਲਿਊਟ ਕਰ ਰਿਹਾ, ਉਹਦੇ ਲਈ ਵੀ ਕੋਈ ਉਹਨੂੰ ਰਿਵਾਈਵ ਕਰਨ ਲਈ ਤਾਂ ਕਿ ਉਹ ਸਾਫ਼ ਹੋ ਕੇ ਪਾਣੀ ਜਿਹੜਾ ਹੈ ਉਹੀ ਅਰਥ ਦੇ ਵਿੱਚ ਜਿਹੜਾ ਉਹ ਪਾਇਆ ਜਾਏ, ਉਹਨੂੰ ਗੰਦਾ ਨਾ ਕੀਤਾ ਜਾਏ, ਅਤੇ ਜਿਹਦੇ ਕਰਕੇ ਸਾਡੇ ਦਰਿਆ ਵੀ ਮੈਲੇ ਹੋ ਰਹੇ ਨੇ ਉਹ ਵੀ ਪੋਲਿਊਸ਼ਨ ਕਰ ਰਹੇ ਨੇ। ਸੋ ਇਹ ਕੁਛ 3 ਪ੍ਰਾਇਰਟੀਜ਼ ਅਸੀਂ ਇਸ ਸਾਲ ਦੀਆਂ ਆਪਣੀਆਂ ਬਣਾਈਆਂ ਜਿਹੜੀਆਂ ਅਸੀਂ ਇੱਕੋ ਸਿੱਖ ਜਥੇਬੰਦੀ ਵੱਲੋਂ ਸਰਕਾਰ ਦੇ ਸਾਹਮਣੇ ਵੀ ਦੇਣਾ ਚਾਹਾਂਗੇ ਔਰ ਮੀਡੀਆ ਕੈਂਪੇਨਸ ਦੇ ਥਰੂ ਵੀ ਇਹਨੂੰ ਘਰ ਘਰ ਦੇ ਵਿੱਚ ਪਹੁੰਚਾਉਣਾ ਚਾਹਾਂਗੇ। ਮੈਮ ਇਹ ਗੱਲਾਂ ਪੰਜਾਬ ਸਰਕਾਰ ਨੂੰ ਵੀ ਪਤਾ, ਵਿਧਾਨ ਸਭਾ 'ਚ ਵੀ ਇਹ ਮਾਮਲੇ ਡਿਸਕਸ ਹੁੰਦੇ, ਅਸੀਂ ਉੱਥੇ ਹਾਜ਼ਰ ਹੁੰਦੇ ਹਾਂ, ਪਰ ਸਰਕਾਰ ਸੁੱਤੀ ਪਈ ਹੈ, ਸਰਕਾਰ ਨੂੰ ਜਗਾਉਣ ਲਈ ਤੁਸੀਂ ਕੀ ਕਰੋਗੇ? ਅਸੀਂ ਮੀਡੀਆ ਕੈਂਪੇਨਸ ਕਰਦੇ ਹਾਂ ਜੀ। ਅਸੀਂ ਕੱਲ੍ਹ ਇੱਕ ਫੇਸਬੁੱਕ 'ਤੇ ਵੀਡੀਓ ਜਿਹੜੀ ਪਾਈ ਹੈ ਜਿਹਦੇ ਵਿੱਚ ਅਸੀਂ ਗਾਰਬੇਜ ਦਾ ਹਾਲ ਦੱਸਿਆ ਵੀ ਕੂੜੇ ਦਾ ਹਾਲ ਕੀ ਹੈਗਾ ਲੁਧਿਆਣੇ ਦੇ ਵਿੱਚ, ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਰਾਤ ਨੂੰ ਅਸੀਂ ਜਦੋਂ ਦੁਬਾਰਾ ਉੱਥੇ ਗਏ ਤਾਂ ਉਹ ਸਾਰਾ ਕੂੜਾ ਜਿਹੜਾ ਉਹ ਸਾਫ਼ ਹੋ ਚੁੱਕਾ ਸੀ। ਸੋ ਮੇਰੇ ਹਿਸਾਬ ਦੇ ਨਾਲ ਜੇ ਸਾਡੇ ਸਾਰੇ ਇਨਵਾਇਰਮੈਂਟ ਐਕਟਿਵਿਸਟ ਜਿਹੜੇ ਨੇ, ਜਿਹੜੇ ਕਿ ਹੁਣ ਸਾਡੇ ਨਾਲ ਵਾਲੰਟੀਅਰਸ 500 ਤੋਂ ਵੱਧ ਜੁੜ ਚੁੱਕੇ ਨੇ ਇਸ ਸਿੱਖ ਵਾਤਾਵਰਨ ਦਿਵਸ ਦੇ ਵਿੱਚ, ਅਤੇ ਜੇ ਹਰ ਐਕਟਿਵਿਸਟ ਵੀ ਇਹੋ ਜਿਹੀਆਂ ਵੀਡੀਓਜ਼ ਸ਼ੇਅਰ ਕਰੇ ਤਾਂ ਉਹ ਸਿਰਫ ਸਰਕਾਰ ਨੂੰ ਦੱਸਣ ਦੀ ਲੋੜ ਹੈ ਅਤੇ ਅਵੇਅਰ ਕਰਾਉਣ ਦੀ ਲੋੜ ਹੈ, ਆਪੇ ਐਕਸ਼ਨ ਜਿਹੜਾ ਉਹਨੂੰ ਫੋਲੋ ਕਰਦਾ। ਮੇਰਾ ਨਾਂ ਰਵਨੀਤ ਸਿੰਘ ਹੈ ਅਤੇ ਮੈਂ ਇਕੋ ਸਿੱਖ ਦਾ ਸਾਊਥ ਏਸ਼ੀਆ ਪ੍ਰੋਜੈਕਟ ਮੈਨੇਜਰ ਹਾਂ। ਅਸੀਂ ਨਾਲ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਜਿੰਨੇ ਭਾਈਚਾਰਾ ਪੰਜਾਬ ਦੇ ਵਿੱਚ, ਸਾਨੂੰ ਆਪ ਹੀ ਕੂੜੇ ਦੀ ਘਟਾਉਣਾ ਚਾਹੀਦਾ। ਪਲਾਸਟਿਕ ਅਤੇ ਥਰਮੋਕੋਲ ਦੇ ਭਾਂਡੇ ਅਸੀਂ ਗੁਰੂ ਘਰਾਂ ਸਾਰਿਆਂ ਦੇ ਵਿੱਚ ਬੇਨਤੀ ਕਰਦੇ ਹਾਂ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਦੁਨੀਆ ਭਰ 'ਚ ਗੁਰਦੁਆਰਿਆਂ ਦੇ ਵਿੱਚ ਥਰਮੋਕੋਲ ਦੇ ਭਾਂਡੇ ਅਤੇ ਪਲਾਸਟਿਕ ਦੇ ਜਿਹੜੇ ਡਿਸਪੋਜ਼ਲ ਜਿਹੜੇ ਲੰਗਰਾਂ ਲਈ ਵਰਤੇ ਜਾ ਰਹੇ ਨੇ ਇਹਨਾਂ ਨੂੰ ਬੈਨ ਕੀਤਾ ਜਾਵੇ, ਹੋਲੇ ਮਹੱਲੇ ਨੂੰ ਵੀ ਸਾਫ਼ ਸੁਥਰਾ ਕੀਤਾ ਜਾਵੇ ਤਾਂ ਕਿ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਵਾਈਲਡ ਲਾਈਫ ਦੇ ਵਿੱਚ ਵੀ ਜਿਹੜੇ ਪਲਾਸਟਿਕ ਅਤੇ ਜਿਹੜੇ ਥਰਮੋਕੋਲ ਦੇ ਭਾਂਡੇ ਜੰਗਲਾਂ 'ਚ ਵੜ ਕੇ ਜੰਗਲੀ ਜੀਵਾਂ ਦਾ ਨੁਕਸਾਨ ਕਰ ਰਹੇ ਨੇ, ਇਹ ਸਭ ਬੰਦ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ, ਉਹਨਾਂ ਨੇ ਔਰਗੈਨਿਕ ਲੰਗਰ ਸਟਾਰਟ ਕੀਤਾ, ਪਲੱਸ ਹੁਣੇ ਪਿੱਛੇ ਜੇ ਨਿਊਜ਼ ਆਈ ਸੀ ਉਹਨਾਂ ਨੇ ਪਲਾਸਟਿਕ ਦੇ ਬੈਗ ਵੀ ਜਿਹੜੇ ਹੈਗੇ ਦਰਬਾਰ ਸਾਹਿਬ 'ਚ ਬੈਨ ਕਰਤੇ ਆ। ਅਤੇ ਅਸੀਂ ਇੱਕ ਰਿਕੁਐਸਟ ਕਰਦੇ ਹਾਂ ਅਕਾਲ ਤਖਤ ਨੂੰ, ਦਰਬਾਰ ਸਾਹਿਬ ਨੂੰ, ਕਿ ਉਹ ਇੱਕ ਹੁਕਮਨਾਮਾ ਜਾਰੀ ਕਰਨ ਕਿ ਕਿਸੇ ਵੀ ਗੁਰਦੁਆਰੇ ਦੇ ਵਿੱਚ ਨੋਨ ਬਾਇਓਡੀਗ੍ਰੇਡੇਬਲ ਕਿਸੇ ਤਰ੍ਹਾਂ ਦਾ ਵੀ ਕੋਈ ਡਿਸਪੋਜ਼ਲ ਨਾ ਯੂਜ਼ ਹੋਵੇ, ਸਟਾਇਰੋਫੋਮ ਹੈ ਚਾਹੇ ਪਲਾਸਟਿਕ ਹੈ, ਕਿਉਂਕਿ ਯੂਨਾਈਟਿਡ ਨੇਸ਼ਨਸ ਨੇ ਵੀ ਇਸ ਸਾਲ ਇੱਕ ਥੀਮ ਰੱਖਿਆ, ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਨੇ, ਕਿ ਇਸ ਸਾਲ ਦਾ ਥੀਮ ਹੈ ਬੀਟ ਦਾ ਪਲਾਸਟਿਕ। ਤਕਰੀਬਨ 1 ਮਿਲੀਅਨ ਸੀ ਬਰਡਸ ਜਿਹੜੇ ਹੈਗੇ ਆ ਇੱਕ ਸਾਲ ਦੇ ਵਿੱਚ ਮਰਦੇ ਆ ਪਲਾਸਟਿਕ ਨੂੰ ਕੰਜ਼ੂਮ ਕਰਕੇ ਸਮੁੰਦਰ ਦੇ ਵਿੱਚ, ਔਰ 1 ਲੱਖ ਮੈਮਲਸ ਜਾਨਵਰ ਵੀ ਜਿਹੜੇ ਹੈਗੇ ਸਮੁੰਦਰੀ ਜਾਨਵਰ ਮਰਦੇ ਆ। ਤਾਂ ਮੈਂ ਇਹ ਰਿਕੁਐਸਟ ਕਰਾਂਗਾ ਆਪਾਂ ਗੁਰੂ ਘਰਾਂ ਤੋਂ ਸ਼ੁਰੂ ਕਰੀਏ, ਕਿਉਂਕਿ ਗੁਰੂ ਘਰਾਂ ਦੇ ਵਿੱਚ, ਲੰਗਰਾਂ ਦੇ ਵਿੱਚ, ਪ੍ਰਭਾਤ ਫੇਰੀਆਂ ਦੇ ਵਿੱਚ, ਨਗਰ ਕੀਰਤਨਾਂ ਦੇ ਵਿੱਚ ਬਹੁਤ ਸਾਰਾ ਇਹ ਪਲਾਸਟਿਕ ਔਰ ਥਰਮੋਕੋਲ ਯੂਜ਼ ਹੁੰਦਾ ਹੈ। ਤਾਂ ਜੇ ਅਗਰ ਅਕਾਲ ਤਖਤ ਸਾਹਿਬ ਇਹ ਗੱਲ 'ਚ ਫੋਰਵਰਡ ਆਉਣਗੇ, ਅੱਗੇ ਆਉਣਗੇ, ਸਟੈਪ ਫੋਰਵਰਡ ਆਉਣਗੇ, ਤਾਂ ਮੈਨੂੰ ਲੱਗਦਾ ਸਾਰੇ ਗੁਰੂ ਘਰਾਂ 'ਚ ਇਹ ਇੰਪਲੀਮੈਂਟ ਹੋਏਗਾ ਅਤੇ ਉਹਦਾ ਨਤੀਜਾ ਵੀ ਸਾਡੇ ਸਾਹਮਣੇ ਆਏਗਾ। ਠੀਕ ਹੈ ਜੀ।